थैंक सब तो पहले तो थैंक यू सो मच। स्लाइड्स तो मेरे सामने नहीं है पर मैं हूँ ट्राई करांगा कि मैं पूरी कोशिश करांगा भी थोड़ा जरा टाइम है ना प्रॉपरली जरा यूज़ होए। तो इस तरह मैं करांगा भी जिस तरह मैं अपने ऑफिस ही बैठा तो मैं किसी मरीज ना गल करता पाया उस तरीके ना मैं तुम्हें समझाने की ट्राई करांगा। जेड़ा मेरी मैं इस प्रोजेक्ट के पिछले 12 साल इनवॉल्व हाँ डॉक्टर कैंडल होल के नाल। मैं फुल मैं इन्हों का वॉलंटियर हाँ, मैं कोई इतों पैसे नहीं लैंदा। सो यू शुड नो भी मैं फुल टाइम जो भी इन्होंने जरूरत पैंती मैं इन्हों की हैल्प करना। सो जेड़ा प्रोग्राम साडा पिछले 12 सालों के काफ़ी लोगों ने मेरे ख्याल 50-60 हज़ार लोगों ने इन ऑनलाइन वेख्या। ये नॉर्थ अमेरिका में पहला प्रोग्राम है जिहड़ा कि UBC दे विच असी एस्टैबलिश किया। प्रोविंस इसनूं सपोर्ट करता वो फंड करते हैं तो जिहड़े साढ़े सारे बच्चे ने इत्थे काम करके सीखते भी ने पंजाबी भी इन्हां दी चंगी हो रही अगे नालों क्योंकि सर्विस तो पंजाबी कम्यूनिटी की करनी है। सो वह भी काम बहुत करते पे ने। सो देख लो हुण मैनूं जापदा भी ये ठीक हो रहा मेरी आ रहा कोई गल नहीं। हाँ जी ਨਹੀਂ ਨਹੀਂ ਉਹ ਮੈਨੂੰ ਨਾ ਅਜੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਅਜੇ ਹੈ ਨਾ। ਸੋ ਆਪਾਂ ਨੂੰ ਕੋਈ ਨਹੀਂ ਮੈਂ ਟਰਾਈ ਕਰਨਾ ਪੂਰੀ ਵੀ ਮੈਂ ਕਿਸ ਤਰ੍ਹਾਂ ਕਰਨਾ ਕੰਮ ਆਪਣਾ। ਸੋ ਪਹਿਲੀ ਗੱਲ ਤਾਂ ਹੈ ਕਿ ਮੈਂ ਆਪਣੀ ਐਨਕਾਂ ਉਤਾਰਨਾ ਅਤੇ ਮੈਂ ਹੁਣ ਨੇੜਿਓਂ ਮੈਨੂੰ ਪੜ੍ਹਨਾ ਪੈਣਾ। ਸੋ ਪਹਿਲੀ ਤਾਂ ਹਾਰਟ ਡਿਜ਼ੀਜ਼ ਕੀ ਆਪਣੀ ਦਿਲ ਦੀ ਬਿਮਾਰੀਆਂ ਨੂੰ ਆਪਾਂ ਜਾਂਦੇ ਹਾਂ ਫੈਮਿਲੀ ਡਾਕਟਰ ਕੋਲ ਉਹਨਾਂ ਤੁਹਾਨੂੰ ਕਹਿਣਾ ਵੀ ਤੁਹਾਨੂੰ ਦਿਲ ਦੀ ਬਿਮਾਰੀ ਹੈ। ਬਿਲਕੁਲ ਜਿਹੜੇ ਬੇਸਿਕ ਲੈਂਗੁਏਜ ਕੀ ਉਹਦਾ ਮਤਲਬ ਹੈ ਸਾਡੇ ਹਾਰਟ ਦਾ ਕੋਈ ਵੀ ਫੰਕਸ਼ਨ ਹੈ ਉਹਦੀਆਂ ਨਾੜੀਆਂ ਖਰਾਬ ਹੋਣ ਉਹਦਾ ਪੰਪ ਨਾ ਠੀਕ ਤਰੀਕੇ ਨਾਲ ਕੰਮ ਕਰੇ ਅਤੇ ਉਹਦੇ ਆ ਗਿਆ ਠੀਕ ਹੈ ਯਾਨੀ ਆਰ ਵੀ ਦੇਅਰ ਇਹ ਕਿਸੇ ਹੋਰ ਦੀ ਹਾਂਜੀ ਓਕੇ ਚਲੋ ਮੇਰੀ ਕਿਸਮਤ ਠੀਕ ਹੀ ਜਾਪਦੀ ਹੈ ਨਾ। ਸੋ ਇਹਦੇ ਵਿੱਚ ਸੀ ਕਿ ਜਿਹੜਾ ਇਹਦੀ ਡੈਫੀਨੇਸ਼ਨ ਕੀ ਹੈ ਵੀ ਜਿਹੜਾ ਸਾਡਾ ਹਾਰਟ ਦੇ ਵਿੱਚ ਜਿਹੜੀ ਹਾਰਟ ਦੀਆਂ ਨਾੜੀ ਨੂੰ ਕੋਈ ਪ੍ਰੋਬਲਮ ਆ ਜਾਵੇ ਜਾਂ ਜਿਹੜਾ ਸਾਡਾ ਹਾਰਟ ਹੈ ਉਹ ਜਦੋਂ ਬੀਟ ਕਰਦਾ ਪਿਆ ਥੋੜ੍ਹੀ ਸਪੀਡ 'ਤੇ ਜਾ ਰਿਹਾ ਸੀ ਉਹਦੇ ਥੋੜ੍ਹਾ ਇਹਨੂੰ ਘਟਾਓ ਸਾਰਾ ਮੇਰਾ ਪ੍ਰੋਗਰਾਮ ਖਰਾਬ ਕਰੀ ਜਾ ਰਿਹਾ ਸੀ ਜਾਂ ਮੈਨੂੰ ਆਪਣੇ ਆਪ ਕੰਮ ਕਰਨ ਦਾ ਜਾਂ ਤੁਸੀਂ ਇਹਨੂੰ ਬੰਦ ਕਰ ਦਿਉ ਕਿਉਂਕਿ ਮੈਂ ਇਹਦੇ ਨਾਲ ਹੀ ਮੇਰੀ ਸਪੀਡ ਨਹੀਂ ਹੈਗੀ ਕਿ ਮੈਂ ਇੰਨਾ ਇਹਦੇ ਨਾਲ ਚੱਲ ਸਕਾਂ। ਸੋ ਇਸ ਤਰ੍ਹਾਂ ਕਰਦੇ ਹਾਂ ਤੁਸੀਂ ਇਹਨੂੰ ਮੇਰੇ ਘਰ ਵਾਸਤੇ ਬੰਦ ਕਰ ਦਿਉ। ਸੋ ਇਹਦੀ ਜਿਹੜੀ ਮੈਂ ਤੁਹਾਨੂੰ ਦੱਸਣਾ ਵੀ ਤੁਹਾਡੇ ਹਾਰਟ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਜਾਵੇ ਤੁਹਾਡੇ ਹਾਰਟ ਰੇਟ ਦੀ ਆ ਜਾਵੇ ਤੁਹਾਡਾ ਹਾਰਟ ਨਹੀਂ ਕੰਮ ਕਰਦਾ ਪਿਆ ਹਾਰਟ ਦੀ ਵੀ ਆਪਣੀ ਬਲੱਡ ਸਪਲਾਈ ਹੈਗੀ ਹੈ ਕਿਤੇ ਵੀ ਉਹ ਪ੍ਰੋਬਲਮ ਆਏ ਤਾਂ ਉਹਨੂੰ ਆਪਾਂ ਹਾਰਟ ਡਿਜ਼ੀਜ਼ ਕਹਿ ਸਕਦੇ ਹਾਂ। ਇਹਦੇ ਵਿੱਚੋਂ ਮੇਨ ਗੱਲ ਇਹ ਕਿ ਹਾਰਟ ਡਿਜ਼ੀਜ਼ ਕਿਉਂ ਹੁੰਦੀ ਹੈ ਕਾਰਨ ਕੀ ਨੇ ਇਹਦੇ ਇਹਦੇ ਵਿੱਚ ਕਿ ਪਹਿਲੀ ਗੱਲ ਤਾਂ ਕਿ ਜੇ ਤੁਹਾਡਾ ਕੋਲੈਸਟਰੋਲ ਹਾਈ ਹੋਏ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹਾਈ ਹੋਇਆ ਹੋਏ ਤੁਹਾਡਾ ਬਲੱਡ ਸ਼ੂਗਰ ਜ਼ਿਆਦਾ ਹਾਈ ਹੋਏ ਅਤੇ ਇਸ ਤੋਂ ਨਾਲ ਜੇ ਤੁਸੀਂ ਸਮੋਕਿੰਗ ਜਾਂ ਕੋਈ ਜ਼ਿਆਦਾ ਸ਼ਰਾਬ ਪੀਂਦੇ ਹੋ ਜਾਂ ਐਕਸੈਸਿਵ ਅਮਾਊਂਟ ਆਫ ਸ਼ਰਾਬ ਪੀਂਦੇ ਹੋ ਉਹਦੇ ਨਾਲ ਤੁਹਾਡੇ ਹਾਰਟ 'ਤੇ ਅਸਰ ਪੈਂਦਾ ਉਹਨਾਂ ਸਲਾਈਡ ਨੂੰ ਛੱਡੋ ਅਸੀਂ ਦੇਸੀ ਲੋਕ ਹਾਂ ਮੈਂ ਇਹਨਾਂ ਨਾਲ ਗੱਲ ਕਰਨਾ ਇਹਨਾਂ ਨੂੰ ਮੇਰੀ ਗੱਲ ਆਉਣੀ ਹੈ ਸਮਝ ਅਤੇ ਮੈਂ ਸਮਝਾ ਸਕਦਾ ਹਾਂਜੀ। ਸੋ
ਇਹਦਾ ਪਹਿਲੀ ਗੱਲ ਤਾਂ ਵੀ ਤੁਹਾਨੂੰ ਸਾਰਿਆਂ ਨੇ ਕਈ ਵਾਰੀ ਜਾਓਗੇ ਡਾਕਟਰ ਕੋਲ, ਉਹਨੇ ਤੁਹਾਡਾ ਬਲੱਡ ਟੈਸਟ ਕਰਕੇ ਕਹਿਣਾ ਵੀ ਤੁਸੀਂ ਆਪਣਾ ਬਲੱਡ ਟੈਸਟ ਕਰਾਓ, ਉਹਦੇ ਵਿੱਚ ਕੋਲੈਸਟਰੋਲ ਤੁਹਾਡਾ ਚੈੱਕ ਕਰਾਉਣਾ, ਫਿਰ ਤੁਹਾਡਾ ਬਲੱਡ ਸ਼ੂਗਰ ਚੈੱਕ ਕਰਾਉਣਾ। ਪਹਿਲੀ ਗੱਲ ਮੈਂ ਕਰਨਾ ਕੋਲੈਸਟਰੋਲ ਦੀ। ਕੋਲੈਸਟਰੋਲ ਜਿਹੜਾ ਨਾ ਨੋਰਮਲ ਸਾਡੀ ਬਾਡੀ ਵਿੱਚ ਹੁੰਦਾ, ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਚੰਗਾ ਕੋਲੈਸਟਰੋਲ, ਇੱਕ ਹੁੰਦਾ ਮਾੜਾ ਕੋਲੈਸਟਰੋਲ। ਚੰਗਾ ਕੋਲੈਸਟਰੋਲ ਨੂੰ ਆਪਾਂ HDL ਕਹਿੰਦੇ ਹਾਂ, ਉਹ ਚੰਗਾ ਜਿਹੜਾ ਕੋਲੈਸਟਰੋਲ ਆ ਸਾਡੀ ਆਰਟਰੀਜ਼ ਦੇ ਵਾਸਤੇ ਮੇਨਟੇਨ ਕਰਨ ਵਾਸਤੇ ਬਹੁਤ ਜ਼ਰੂਰੀ ਹੁੰਦਾ। ਜਿਸ ਤਰ੍ਹਾਂ ਸਾਨੂੰ ਹਰ ਬਾਡੀ ਦੇ ਹਿੱਸੇ ਨੂੰ ਚਾਹੀਦੀ ਹੈ ਬਲੱਡ ਸਪਲਾਈ, ਉਸੇ ਤਰੀਕੇ ਨਾਲ ਹਾਰਟ ਦੀ ਬਲੱਡ ਸਪਲਾਈ ਵਾਸਤੇ ਵੀ, ਜਦੋਂ ਇਹ ਜਿਹੜਾ ਕੋਲੈਸਟਰੋਲ ਮਾੜਾ ਵੱਧ ਜਾਂਦਾ ਤਾਂ ਜਿਹੜੀਆਂ ਸਾਡੀਆਂ ਆਰਟਰੀਜ਼ ਨੇ, ਨਾੜੀਆਂ ਜਿਹੜੀਆਂ ਨੇ ਹਾਰਟ ਨੂੰ ਕਰਦੀਆਂ ਸਪਲਾਈ, ਉਹਨਾਂ ਨੂੰ ਬਲੋਕ ਕਰਦਾ। ਸੋ ਜਦੋਂ ਤੁਹਾਨੂੰ ਤੁਹਾਡੇ ਡਾਕਟਰ ਨੇ ਦੱਸਣਾ ਵੀ ਤੁਹਾਡਾ ਕੋਲੈਸਟਰੋਲ ਵਧਿਆ, ਉਹਨਾਂ ਤੁਹਾਨੂੰ ਦੋ ਦੇਣੇ ਨੇ ਨੰਬਰ, ਤਿੰਨ ਨੰਬਰ। ਇੱਕ ਹੁੰਦਾ ਪੂਰਾ ਕੋਲੈਸਟਰੋਲ ਜਿਹੜਾ ਤੁਹਾਡਾ 5.4 ਤੋਂ ਥੱਲੇ ਹੋਏ, ਇੱਕ ਚਾਹੀਦਾ ਵੀ ਜਿਹੜਾ ਮਾੜਾ ਕੋਲੈਸਟਰੋਲ ਹੈ ਉਹ 3.2 ਤੋਂ ਥੱਲੇ, ਅਤੇ ਜਿਹੜਾ ਚੰਗਾ ਕੋਲੈਸਟਰੋਲ ਹੈ ਉਹ ਪੁੱਛ ਕੇ ਆਇਆ ਕਰੋ, ਉਹ ਚਾਹੀਦਾ 1.1 ਤੋਂ ਉੱਪਰ। ਜਦੋਂ ਤੁਹਾਡੇ ਕੋਲੈਸਟਰੋਲ ਕਿਤੇ ਵੀ ਗੜਬੜ ਹੈਗੀ ਹੈ, ਤੁਹਾਨੂੰ ਫਿਰ ਉਹਦੇ ਨਾਲ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ, ਅਤੇ ਤੁਹਾਡੇ ਡਾਕਟਰ ਤੁਹਾਨੂੰ ਉਹਦੇ ਵਾਸਤੇ ਮੈਡੀਸਨ ਦਿੰਦਾ। ਨੈਕਸਟ ਜਿਹੜਾ ਨਾ ਜਿਹੜਾ, ਕਿਉਂਕਿ ਇਹ ਨਹੀਂ ਵੀ ਜੇ ਤੁਸੀਂ ਅੱਜ ਹੀ ਹਫ਼ਤੇ ਬਾਅਦ ਹੀ ਕਹੋ ਵੀ ਮੈਂ ਠੀਕ ਹੋ ਗਈ ਹਾਂ, ਇਹ ਮੈਂ ਠੀਕ ਹੋਣਾ, ਮੈਨੂੰ ਮੈਡੀਸਨ ਮਿਲੀ ਹੈ, ਪਰ ਟਾਈਮ ਜਿਹੜਾ ਹੋ ਸਕਦਾ 6 ਮਹੀਨੇ, ਸਾਲ, ਕਈਆਂ ਨੂੰ ਹਮੇਸ਼ਾ ਵਾਸਤੇ ਮੈਡੀਸਨ ਲੈਣੀ ਪੈਂਦੀ ਹੈ ਕੋਲੈਸਟਰੋਲ ਨੂੰ ਮੇਨਟੇਨ ਕਰਨ ਵਾਸਤੇ। ਉਹਦੇ ਵਿੱਚੋਂ ਇੱਕ ਨਾਲ ਇਹ ਵੀ ਗੱਲ ਨੋਟ ਕਰਨੀ ਹੁੰਦੀ ਹੈ ਕਿ ਫੈਮਿਲੀ ਵਿੱਚ ਤਾਂ ਨਹੀਂ ਕਿਸੇ ਨੂੰ ਹੈਗੀ ਕੋਲੈਸਟਰੋਲ ਦੀ ਪ੍ਰੋਬਲਮ, ਸਾਰੇ ਕਹਿਣਗੇ ਵੀ ਮੇਰੀ ਡਾਇਟ ਬਿਲਕੁਲ ਠੀਕ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਕਿਸਮ ਦੀ, ਫਿਰ ਮੇਰਾ ਕੋਲੈਸਟਰੋਲ ਕਿਉਂ ਹਾਈ ਹੈ? ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਵੀ ਸਾਡੀ ਬਾਡੀ ਦੇ ਵਿੱਚੋਂ ਸਾਡਾ ਲਿਵਰ ਕੋਲੈਸਟਰੋਲ ਬਣਾਉਂਦਾ, ਜਿਹੜਾ ਬਾਹਰੋਂ ਖਾਂਦੇ ਹਾਂ ਅਸੀਂ ਬਹੁਤ ਘੱਟ ਹੁੰਦਾ। ਸੋ ਜਿਹੜੀ ਤੁਹਾਡੀ ਇੰਟਰਨਲ ਬਾਡੀ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਮੈਡੀਸਨ ਤੁਹਾਡੇ ਡਾਕਟਰ ਦਿੰਦੇ ਨੇ। ਨੈਕਸਟ ਜਿਹੜਾ ਨਾ ਸਾਡੇ ਹਾਰਟ 'ਤੇ ਸਭ ਤੋਂ ਜਿਹੜਾ ਮਾੜਾ ਕੰਮ ਕਰਦੀ ਉਹ ਸ਼ੂਗਰ, ਬਲੱਡ ਸ਼ੂਗਰ ਜਿਹੜੀ ਸਾਡੀ ਨਾ, ਤੁਹਾਨੂੰ ਹੁਣ ਸਾਡੇ ਹਰ ਚੌਥੇ ਬੰਦੇ ਨੂੰ ਤਾਂ ਬਲੱਡ ਸ਼ੂਗਰ, ਸ਼ੂਗਰ ਦੀ ਪ੍ਰੋਬਲਮ ਹੈ, ਖਾਸ ਕਰਕੇ ਨੰਬਰ 2 ਜਿਹੜੀ ਟਾਈਪ 2 ਹੈ। ਟਾਈਪ 2 ਕੀ ਹੁੰਦੀ ਹੈ ਕਿ ਨੈਚੁਰਲੀ ਸਾਡੀ ਬਾਡੀ ਵਿੱਚ ਸਾਡੇ ਹਰ ਸੈੱਲ ਨੂੰ ਕਰਨ ਵਾਸਤੇ ਸ਼ੂਗਰ ਦੀ ਜ਼ਰੂਰਤ ਹੈ, ਗਲੂਕੋਜ਼ ਦੀ। ਜਦੋਂ ਗਲੂਕੋਜ਼ ਸਾਡੀ ਬਾਡੀ ਵਿੱਚ ਵੱਧ ਜਾਂਦਾ, ਜਦੋਂ ਸਾਡੀ ਇੰਸੂਲਿਨ ਨਹੀਂ ਕੰਮ ਕਰਦੀ ਪਈ, ਉਹ ਜਿਹੜੀਆਂ ਸਾਡੀਆਂ ਹਾਰਟ ਦੀਆਂ ਨਾੜੀਆਂ ਨਾ, ਉਹਨਾਂ ਨੂੰ ਬਲੋਕ ਕਰਨਾ ਸ਼ੁਰੂ ਕਰ ਦਿੰਦਾ, ਡੈਮੇਜ ਕਰਨਾ ਸ਼ੁਰੂ ਕਰ ਦਿੰਦਾ। ਉਹਦੇ ਨਾਲ ਅਤੇ ਕੋਲੈਸਟਰੋਲ ਦੇ ਕੰਬੀਨੇਸ਼ਨ ਦੇ ਨਾਲ ਜਿਹੜੇ ਡਾਇਬੈਟਿਕ ਪੇਸ਼ੈਂਟ ਨੇ, ਜਾਂ ਜਿਹਨਾਂ ਦਾ ਸਰੀਰ ਕਾਫੀ ਭਾਰੀ ਹੈ, ਜਾਂ ਜਿਹੜਾ ਫਾਲਤੂ ਫੂਡ ਖਾਂਦੇ ਨੇ, ਜਾਂ ਜਿਹੜੇ ਜ਼ਿਆਦਾ ਜਿਹੜੇ ਸ਼ਰਾਬ ਪੀਂਦੇ ਨੇ, ਉਹਨਾਂ ਨੂੰ ਜਿਹੜੀ ਇਹਨਾਂ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਰਹਿੰਦੇ ਨੇ। ਸੋ ਜਿਹੜਾ ਇਸੇ ਕਰਕੇ ਜਦੋਂ ਤੁਸੀਂ ਜਾਂਦੇ ਹੋ ਆਪਣੇ ਡਾਕਟਰ ਕੋਲ, ਤੁਹਾਡਾ ਫੈਮਿਲੀ ਡਾਕਟਰ ਤੁਹਾਨੂੰ ਹਮੇਸ਼ਾ ਕਹਿੰਦਾ ਵੀ ਤੁਹਾਡੀ ਮੈਂ ਬਲੱਡ ਸ਼ੂਗਰ ਚੈੱਕ ਕਰਨੀ ਹੈ, ਤੁਹਾਡੀ 3 ਮਹੀਨਿਆਂ ਵਾਲੀ ਸ਼ੂਗਰ ਚੈੱਕ ਕਰਨੀ ਹੈ। ਜਿਹੜੀ 3 ਮਹੀਨਿਆਂ ਵਾਲੀ ਸ਼ੂਗਰ ਹੈ, ਹੀਮੋਗਲੋਬਿਨ A1C, ਉਹ ਚਾਹੀਦੀ ਹੈ ਘੱਟ ਤੋਂ ਘੱਟ ਤੁਹਾਡੀ ਵੱਧ ਤੋਂ ਵੱਧ 7, ਪ੍ਰੈਫਰੇਬਲੀ ਚਾਹੀਦੀ ਹੈ 6 ਤੋਂ ਥੱਲੇ, ਤਾਂ ਕਿ ਤੁਹਾਡਾ ਜਿਹੜਾ ਨਾ ਕੰਟੀਨਿਊਸਲੀ ਜਿਹੜਾ ਤੁਹਾਡਾ ਸ਼ੂਗਰ ਬਾਡੀ ਵਿੱਚ ਠੀਕ ਰਹੇ ਅਤੇ ਤੁਹਾਡਾ ਹਾਰਟ 'ਤੇ ਉਹਦਾ ਅਸਰ ਨਾ ਹੋਏ। ਉਹਦੇ ਨਾਲ ਨਾ ਨੈਕਸਟ ਜਿਹੜਾ ਨਾ ਬਲੱਡ ਪ੍ਰੈਸ਼ਰ, ਕਿਉਂਕਿ ਬਲੱਡ ਪ੍ਰੈਸ਼ਰ ਕੀ ਹੈ, ਸਾਡੇ ਹਾਰਟ ਨੇ ਉਸ ਤਰ੍ਹਾਂ ਦੇ ਹਵਾ 'ਚ ਤਾਂ ਨਹੀਂ ਬਲੱਡ ਪਹੁੰਚਾਉਣਾ ਬਾਡੀ ਦੇ ਵਿੱਚ, ਸਾਡੇ ਹਾਰਟ ਨੇ ਪੰਪ ਕਰਦਾ ਜਦੋਂ ਹਾਰਟ 'ਤੇ, ਉਹਦਾ ਉੱਪਰਲਾ ਬਲੱਡ ਪ੍ਰੈਸ਼ਰ ਅਤੇ ਥੱਲੇ ਵਾਲਾ ਬਲੱਡ ਪ੍ਰੈਸ਼ਰ, ਇੱਕ ਹੁੰਦਾ ਸਿਸਟੋਲਿਕ ਅਤੇ ਹੁੰਦਾ ਡਾਇਸਟੋਲਿਕ। ਉਹ ਜਿਹੜਾ ਬਲੱਡ ਪ੍ਰੈਸ਼ਰ ਨੋਰਮਲੀ, ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਸਾਰੇ ਇੱਥੇ ਆ ਮੋਸਟਲੀ ਅਡਲਟ ਹੋ, ਤੁਹਾਡੇ ਵਾਸਤੇ 140-90 ਦੇ ਤਕਰੀਬਨ ਚਾਹੀਦਾ ਬਲੱਡ ਪ੍ਰੈਸ਼ਰ। ਅਤੇ ਉਹਦੇ ਵਾਸਤੇ ਵੀ 2-3 ਗੱਲਾਂ ਬੜੀਆਂ ਜ਼ਰੂਰੀ ਨੇ ਕਿ ਜਦੋਂ ਜਾਂਦੇ ਆਪਣੇ ਡਾਕਟਰ ਕੋਲੋਂ, ਕਾਹਲੀ ਨਾ ਕਰਿਆ ਕਰੋ, ਅਤੇ ਕਈ ਵਾਰੀ ਜਾਂਦੇ ਹੋ ਤੁਸੀਂ
ਭੱਜ ਕੇ ਜਾਣਾ, ਖਾਧਾ ਪੀਤਾ ਹੁੰਦਾ, ਤੁਹਾਡਾ ਬਲੱਡ ਪ੍ਰੈਸ਼ਰ ਠੀਕ ਨਹੀਂ ਹੋਣਾ। ਜਾਂ ਤੁਸੀਂ ਕਿਸੇ ਫਾਰਮੇਸੀ ਵਿੱਚ ਗਏ ਹੋ, ਉੱਥੇ ਤੁਸੀਂ ਜਾ ਕੇ ਬਲੱਡ ਪ੍ਰੈਸ਼ਰ ਆਪਣਾ ਮੇਜ਼ਰ ਕੀਤਾ, ਉਹ ਵੀ ਨਹੀਂ ਪੂਰੀ ਗੱਲ ਬਣਦੀ। ਸੋ ਤਰੀਕੇ ਨਾਲ ਬਲੱਡ ਪ੍ਰੈਸ਼ਰ ਨੂੰ ਮੇਜ਼ਰ ਕਰਨਾ, ਉਹਦੀ ਪ੍ਰੋਪਰ ਉਹਦਾ ਇੰਸਟਰੂਮੈਂਟ ਲੈਣਾ, ਸਮਝ ਕੇ ਉਹਨੂੰ ਯੂਜ਼ ਕਰਨਾ, ਉਹਦੇ ਵਾਸਤੇ ਤੁਹਾਡੇ ਵਾਸਤੇ ਧਿਆਨ ਦੇਣਾ ਚਾਹੀਦਾ। ਬਹੁਤ ਲੋਕ ਬੜੇ ਕੈਂਪਸ ਇੱਥੇ ਲੱਗ ਲੱਗਦੇ ਨੇ, ਗੁਰੂ ਘਰਾਂ ਵਿੱਚ ਫਾਰਮੇਸੀ ਵਾਲੇ ਵੀ ਲਾਉਂਦੇ ਨੇ, ਮੰਦਰ ਮਸਜਿਦ ਵੀ ਲੱਗਦੇ ਨੇ, ਉੱਥੇ ਬੜਾ ਕਨਫਿਊਜ਼ਨ ਜਿਹਾ ਕ੍ਰੀਏਟ ਹੋ ਜਾਂਦਾ। ਉਹ ਤੁਹਾਨੂੰ ਹਰ ਇੱਕ ਨੂੰ ਕਹਿ ਦੇਣਗੇ ਤੁਹਾਨੂੰ ਬਲੱਡ ਪ੍ਰੈਸ਼ਰ ਜ਼ਿਆਦਾ, ਆਪਣੇ ਡਾਕਟਰ ਨੂੰ ਮਿਲੋ, ਕੋਲੈਸਟ੍ਰੋਲ ਚੈੱਕ ਕਰਾਓ। ਇਹ ਇੱਕ ਵਾਰੀ ਬਲੱਡ ਪ੍ਰੈਸ਼ਰ ਚੈੱਕ ਕਰਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਦਾ ਡਾਇਗਨੋਸਿਸ ਨਹੀਂ ਬਣਦਾ। ਇਹ ਤੁਹਾਡੇ ਵਾਸਤੇ ਮੈਂ ਸਮਝਣਾ ਕਿ ਬੜਾ ਇੰਪੋਰਟੈਂਟ ਪੁਆਇੰਟ, ਇਹਨੂੰ ਧਿਆਨ ਨਾਲ ਦੇਖਿਆ ਕਰੋ। ਫਿਰ ਬਲੱਡ ਪ੍ਰੈਸ਼ਰ ਦਾ ਵਾਧੇ ਕਿਉਂ ਨੇ? ਭਾਰ ਤੁਹਾਡਾ ਜ਼ਿਆਦਾ ਹੋਏ, ਸ਼ੂਗਰ ਤੁਹਾਡੀ ਜ਼ਿਆਦਾ ਹੋਏ, ਫੈਮਿਲੀ ਹਿਸਟਰੀ ਹੋਏ ਤੁਹਾਡੀ ਬਲੱਡ ਪ੍ਰੈਸ਼ਰ ਹੋਣ ਦੀ, ਇਹਦੇ ਨਾਲ ਤੁਹਾਡਾ ਭਾਰ ਜ਼ਿਆਦਾ ਹੋਏ। ਜਿਹੜੇ ਅਸੀਂ ਲੋਕ ਹਾਂ ਨਾ, ਸਾਡਾ ਜਿਹੜਾ ਭਾਰ, ਕਿਉਂਕਿ ਜਿਹੜੀ ਸਾਡੇ ਕੱਦ ਏ ਜਾਂ ਸਾਡਾ ਜਿਹੜੀ ਬਾਡੀ ਦੀ ਬਣਤਰ ਹੈ ਨਾ, ਉਹ ਬਾਕੀਆਂ ਨਾਲ ਥੋੜ੍ਹੀ ਜਿਹੀ ਵੱਖਰੀ ਹੈ। ਸਾਡਾ ਜਿਹੜਾ ਬਾਡੀ ਦਾ ਜਨੈਟਿਕ ਮੇਕਅਪ ਏ, ਉਹ ਵੀ ਸਾਰਿਆਂ ਨਾਲੋਂ ਵੱਖਰਾ। ਸੋ ਜਿਹੜਾ ਕੰਬੀਨੇਸ਼ਨ ਏ ਭਾਰ ਦਾ ਹੋਣਾ, ਫਾਲਤੂ ਖਾਣਾ, ਫਾਲਤੂ ਸ਼ਰਾਬ ਪੀਣੀ, ਮੈਨੇਜ ਨਾ ਕਰਨਾ, ਸਟ੍ਰੈਸ ਨੂੰ ਮੈਨੇਜ ਨਾ ਕਰਨਾ, ਕੋਲੈਸਟ੍ਰੋਲ ਨੂੰ ਮੈਨੇਜ ਨਾ ਕਰਨਾ, ਮੈਡੀਸਨ ਨਾ ਖਰੀਦਣਾ, ਅਤੇ ਮੈਡੀਸਨ ਲੈ ਕੇ ਵੀ ਅਤੇ ਉਹਨੂੰ ਟਾਈਮ ਸਿਰ ਨਾ ਲੈਣਾ, ਇਹ ਜਿਹੜੇ ਸਾਰਾ ਕੰਬੀਨੇਸ਼ਨ ਹੈ ਨਾ, ਇਹ ਸਾਡੀ ਹਾਰਟ ਦੀ ਜਿਹੜੀ ਹੈ ਨਾ, ਹੈਲਥ ਵਾਸਤੇ ਬਿਲਕੁਲ ਖਤਰਨਾਕ ਹੈ। ਸਭ ਤੋਂ ਇੰਪੋਰਟੈਂਟ, ਮੈਂ ਇੱਥੇ ਗੱਲ ਪਿਛਲੇ 45 ਸਾਲਾਂ ਦੀ ਪ੍ਰੈਕਟਿਸ ਵਿੱਚ ਵੇਖੀ ਹੈ ਕਿ ਕਈ ਲੋਕ ਮੈਡੀਸਨ ਲਿਖ ਕੇ ਅਸੀਂ ਦਿੰਦੇ ਹਾਂ, ਉਹ ਖਰੀਦਦੇ ਨਹੀਂ। ਕਈ ਵਾਰੀ ਮਹਿੰਗੀ ਹੁੰਦੀ ਮੈਡੀਸਨ, ਘਰੋਂ ਪੈਸੇ ਨਹੀਂ ਮਿਲਦੇ, ਮਾਂ ਬਾਪ ਉਹਨਾਂ ਦੀ ਇਨਕਮ ਨਹੀਂ ਹੈਗੀ, ਅਤੇ ਕਈ ਤਰ੍ਹਾਂ ਦੇ ਸਵਾਲ ਆਉਂਦੇ ਨੇ। ਸੋ ਇਹ ਟਰਾਈ ਕਰਿਆ ਕਰੋ ਕਿ ਤੁਹਾਡੀ ਸਿਹਤ ਵਾਸਤੇ ਤੁਹਾਡੇ ਬਲੱਡ ਪ੍ਰੈਸ਼ਰ ਦੀ ਮੈਡੀਸਨ ਬਹੁਤ ਇੰਪੋਰਟੈਂਟ ਹੈ, ਤੁਹਾਡੇ ਫੂਡ ਵਾਂਗੂ ਉਹ ਵੀ ਬੜੀ ਜ਼ਰੂਰੀ ਚੀਜ਼ ਹੈ। ਸੋ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰੋ ਕਿ ਆਪਾਂ ਜੋ 6 ਮਹੀਨਿਆਂ ਬਾਅਦ ਇੰਡੀਆ ਜਾਣ ਦੀ ਆਪਾਂ ਟਿਕਟ ਖਰੀਦ ਸਕਦੇ ਹਾਂ, ਅਤੇ ਮੈਡੀਸਨ ਦੀ ਵੀ ਲੈ ਸਕਦੇ ਹਾਂ। ਅਤੇ ਨਾਲ ਇਹ ਵੀ ਹੈਗਾ, ਜੇ ਤੁਸੀਂ ਜਿਹੜੇ ਡਰਿੰਕ ਕਰਦੇ ਨੇ, ਜੇ ਉਹ $80 ਦੀ ਬੋਤਲ ਖਰੀਦ ਸਕਦੇ ਨੇ, ਤਾਂ ਦਵਾਈ ਵੀ ਤਾਂ ਲੈ ਹੀ ਸਕਦੇ ਨੇ ਨਾ। ਇਹਨਾਂ ਗੱਲਾਂ ਦਾ, ਛੋਟੀਆਂ ਛੋਟੀਆਂ ਗੱਲਾਂ ਨੇ, ਇਹ ਤੁਹਾਡੀ ਸਿਹਤ 'ਤੇ ਬੜਾ ਅਸਰ ਕਰਦੀਆਂ ਨੇ। ਕਈਆਂ ਲੋਕਾਂ ਨੂੰ ਤੁਸੀਂ ਨੋਟ ਕੀਤਾ ਹੋਣਾ ਕਿ ਬਲੱਡ ਉਹਨਾਂ ਨੂੰ ਆਰਥਰਾਈਟਿਸ ਹੁੰਦਾ, ਬਾਡੀ ਦੇ ਵਿੱਚ ਸੋਜ ਵਗੈਰਾ ਹੋ ਜਾਂਦੀ ਹੈ, ਕਈ ਤਰ੍ਹਾਂ ਦੀ ਇਨਫਲਾਮੇਸ਼ਨ ਹੁੰਦੀ ਹੈ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਈ ਪੇਸ਼ੈਂਟਸ ਨੂੰ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਵੀ ਨਾਲ ਆਉਂਦੀ ਹੈ। ਸੋ ਇਹਦੇ ਜਿਹੜੀਆਂ ਮੋਟੀਆਂ ਮੋਟੀਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ। ਬਾਕੀ ਸਮੋਕਿੰਗ ਦਾ, ਹੁਣ ਸਮੋਕਿੰਗ ਦੇ, ਪਹਿਲਾਂ ਤਾਂ ਅਸੀਂ ਸੋਚਦੇ ਸੀ ਵੀ ਸਮੋਕਿੰਗ ਸਾਡੇ ਲੋਕ ਨਹੀਂ ਕਰਦੇ, ਪਰ ਉਹ ਟਰੂ ਨਹੀਂ ਹੈਗਾ। ਆਉਣ ਵਾਲੀ ਜਨਰੇਸ਼ਨ ਵੀ ਕਰਦੀ ਹੈ, ਪੁਰਾਣੀ ਵੀ ਕਰਦੀ ਹੈ। ਸਮੋਕਿੰਗ ਜਿਹੜੀ ਹੈ ਨਾ, ਉਹ ਬਾਡੀ ਦੀਆਂ ਨਾੜੀਆਂ ਨੂੰ ਬਹੁਤ ਖਰਾਬ ਕਰਦੀ ਹੈ, ਉਸ ਚੀਜ਼ ਤੋਂ ਬਚੋ। ਮੈਂ ਲੇਟਲੀ ਇੱਕ ਮੈਂ ਹੋਰ ਚੀਜ਼ ਪੜ੍ਹਦਾ ਪਿਆ ਸੀ ਕਿ ਅੱਜ ਜਿਹੜਾ ਜਿਹੜਾ ਵਾਤਾਵਰਨ ਨੇ ਸਾਡੇ ਜਿਹੜੇ ਮਾਹੌਲ ਦੇ ਵਿੱਚ, ਜਾਂ ਜਿਹੜਾ ਜਿਹੜਾ ਪੋਲਿਊਸ਼ਨ ਹੈ ਜਿਹੜੀ, ਉਹਦੇ ਵਿੱਚ ਜਿਹੜੇ ਛੋਟੇ ਛੋਟੇ ਪਾਰਟੀਕਲਸ ਨੇ ਨਾ, ਉਹ ਸਾਡੇ ਲੰਗਸ ਦੇ ਰਸਤੇ ਬਲੱਡ ਵਿੱਚ ਜਾ ਕੇ ਉਹ ਸਾਡੇ ਹਾਰਟ ਨੂੰ ਵੀ ਨੁਕਸਾਨ ਕਰਦੇ ਨੇ। ਉਹ ਕਈਆਂ ਨੂੰ ਜਦੋਂ ਜਾਂਦੇ ਹੋ ਓਵਰਸੀਜ਼ ਤੁਸੀਂ ਆਪਣਾ ਵਿਜ਼ਿਟ ਕਰਨ ਵਾਸਤੇ, ਇੱਥੋਂ ਬਿਲਕੁਲ ਠੀਕ ਗਏ ਹੋ, ਇੰਡੀਆ ਜਾ ਕੇ ਤੁਹਾਨੂੰ ਹੁੰਦਾ ਵੀ ਸਾਨੂੰ ਹਾਰਟ ਅਟੈਕ ਕਿਸ ਤਰ੍ਹਾਂ ਹੋ ਗਿਆ, ਕਿਉਂਕਿ ਜਿਹੜਾ ਜਿਹੜਾ ਪੋਲਿਊਸ਼ਨ ਹੈ ਨਾ, ਉਹ ਵੀ ਤੁਹਾਡੇ ਵਾਸਤੇ ਬੜਾ ਖਤਰਨਾਕ ਹੈ, ਖਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਕੋਈ ਹਾਰਟ ਦਾ ਇਸ਼ੂ ਹੈਗਾ। ਨੈਕਸਟ ਜਿਹੜਾ ਨਾ, ਡਰਿੰਕ ਦਾ ਮੈਂ ਵਾਰ ਵਾਰ ਤਾਂ ਗੱਲ ਕਰਨਾ ਕਿ ਜਿਹੜੀ ਸ਼ਰਾਬ ਹੈ ਨਾ, ਇਹਦੇ ਵਿੱਚ ਕੋਈ ਐਨਰਜੀ ਨਹੀਂ ਹੈਗੀ। ਇਹ ਤੁਹਾਡੀ ਸਿਹਤ ਵਾਸਤੇ, ਸਵੇਰੇ ਡਰਿੰਕ ਕਰਕੇ, ਸ਼ਾਮ ਨੂੰ ਡਰਿੰਕ ਕਰਕੇ ਐਕਟੀਵਿਟੀ ਨਹੀਂ ਤੁਹਾਡੀ ਵਧਣੀ, ਇਹਦਾ ਤੁਹਾਨੂੰ ਕੋਈ ਫਾਇਦਾ ਨਹੀਂ। ਸੋ ਜਿਹੜੇ ਵੀ ਡਰਿੰਕ ਕਰਦੇ ਨੇ, ਉਹਨਾਂ ਨੂੰ ਕਈ ਕਹਿਣਗੇ ਵੀ ਮੈਂ ਤਾਂ ਇੱਕ ਬੀਅਰ ਹੀ ਪੀਂਦਾ, ਜਾਂ ਮੈਂ ਇੱਕੋ ਚੀਜ਼ ਲਈ, ਬੀਅਰ ਪੀ ਲਓ, ਵਾਈਨ ਲੈ ਲਓ,
ਦੋ ਚਾਰ ਔਂਸ ਜਿਹੜੀ ਹੈ ਦੂਜੀ ਜਿਹੜੀ ਨਾ ਹਾਰਡ ਲਿਕਰ ਲੈ ਲਓ, ਇਹ ਸਾਰਿਆਂ ਨੇ ਬਾਡੀ ਵਿੱਚ ਉਸੇ ਤਰੀਕੇ ਨਾਲ ਅਸਰ ਕਰਨਾ। ਅੰਦਰ ਜਾ ਕੇ ਤੁਹਾਡੇ ਲਿਵਰ ਨੂੰ ਵੀ ਨੁਕਸਾਨ ਕਰਦੀ ਹੈ, ਹਾਰਟ ਵਾਸਤੇ ਵੀ ਠੀਕ ਨਹੀਂ ਹੈਗੀ, ਖਾਸ ਕਰਕੇ ਜਿਹੜੇ ਲੋਕ 5 ਜਾਂ 7 ਜਾਂ 10 ਡਰਿੰਕ ਜਿਹੜੀਆਂ ਨਾ ਡੇਲੀ ਲੈਂਦੇ ਨੇ ਉਹਨਾਂ ਵਾਸਤੇ ਬੜਾ ਖਤਰਨਾਕ ਕੰਮ ਹੈ। ਸੋ ਇਹ ਜਦੋਂ ਜੇ ਤੁਸੀਂ ਕਿਸੇ ਮਰੀਜ਼ ਨਾਲ ਗੱਲ ਕਰੋ, ਕਈ ਵਾਰੀ ਮੈਂ ਗੱਲ ਕਰਾਂ ਵੀ ਤੁਸੀਂ ਡਰਿੰਕ ਨਹੀਂ ਕਰਦੇ, ਉਹ ਕਹਿਣਗੇ ਮੈਂ ਤਾਂ ਸਾਰੀ ਉਮਰ ਸ਼ਰਾਬ ਪੀਤੀ, ਮੈਂ ਤਾਂ ਨਹੀਂ ਬੰਦ ਕਰਨੀ ਹੋਣ, ਪਰ ਮੈਨੂੰ ਇਹਦੇ ਵਾਸਤੇ ਕੋਈ ਦਵਾਈ ਦੱਸੋ। ਦਵਾਈ ਨਹੀਂ ਹੁੰਦੀ, ਤੁਹਾਨੂੰ ਆਪਣੇ ਮਨ ਨੂੰ ਸਟਰੋਂਗ ਕਰਨਾ ਪੈਣਾ, ਮਨ ਨੂੰ ਵਾਸਤੇ। ਅਤੇ ਨਾਲੇ ਜਿਸ ਤਰ੍ਹਾਂ ਪਹਿਲਾਂ ਸਪੀਕਰ ਹੋਣਾ ਨੇ ਤੁਹਾਨੂੰ ਐਕਸਪਲੇਨ ਕੀਤਾ ਵੀ ਜਿਹੜੇ ਮਾਨਸਿਕ ਰੋਗ ਹੈ, ਜਦੋਂ ਪਰੇਸ਼ਾਨੀ ਹੈ, ਉਹਦਾ ਇਲਾਜ ਸ਼ਰਾਬ ਨਹੀਂ ਹੈਗਾ। ਸ਼ਰਾਬ ਜਿਹੜੀ ਉਹ ਡਿਪਰੈਸੈਂਟ ਹੈ, ਉਹ ਤੁਸੀਂ ਲਓਗੇ ਤੁਸੀਂ ਹੋਰ ਡਿਪਰੈਸ ਫੀਲ ਕਰਨਾ। ਸੋ ਉਹਦੇ ਤੋਂ ਵੀ ਬਚੋ। ਪਰ ਜਿਹੜਾ ਕੀ ਜਿਹੜਾ ਪਾਰਟ ਹੈ ਨਾ, ਉਹ ਹਾਰਟ ਹੈਲਥ ਵਾਸਤੇ ਤੁਹਾਡੀ ਡਾਇਟ ਹੈਗੀ, ਤੁਹਾਡਾ ਖਾਣਾ ਪੀਣਾ, ਕੀ ਕਿੰਨਾ ਖਾਂਦੇ ਹੋ, ਕਿੰਨੀ ਕੁ ਤੁਹਾਨੂੰ ਜ਼ਰੂਰਤ ਹੈ, ਦਿਨ 'ਚ 4 ਵਾਰੀ ਖਾ ਰਹੇ ਹੋ, 5 ਵਾਰੀ ਖਾ ਰਹੇ ਹੋ, ਫਾਲਤੂ ਖਾ ਰਹੇ ਹੋ, ਕਾਰਬੋਹਾਈਡਰੇਟ ਕਿੰਨੇ ਲੈ ਰਹੇ ਹੋ, ਤੁਸੀਂ ਆਪਣਾ ਫੈਟ ਕਿਹੜਾ ਖਾ ਰਹੇ ਹੋ, ਦੁੱਧ ਕਿਹੜਾ ਪੀ ਰਹੇ ਹੋ, ਮੱਖਣ ਕਿਹੜਾ ਖਾ ਰਹੇ ਹੋ, ਕਿੰਨਾ ਖਾ ਰਹੇ ਹੋ, ਐਕਟੀਵਿਟੀ ਕੀ ਹੈ, ਕਿੰਨਾ ਟਾਈਮ ਤੁਸੀਂ ਸਪੈਂਡ ਕੀਤਾ ਟੀ ਵੀ ਦੇ ਸਾਹਮਣੇ, ਕਿਤੇ ਬਾਹਰ ਵੀ ਗਏ ਹੋ, ਕੋਈ ਐਕਸਰਸਾਈਜ਼ ਵੀ ਕੀਤੀ ਹੈ। ਇਹ ਜਿਹੜਾ ਨਾ ਸਾਰੀਆਂ ਗੱਲਾਂ ਇਹ ਕਨੈਕਟਡ ਨੇ ਤੁਹਾਡੇ ਹਾਰਟ ਦੇ ਨਾਲ। ਜਿੰਨੀ ਦੇਰ ਤੱਕ ਜਿਹੜੀ ਡਾਇਟ ਹੈ ਨਾ ਉਹ ਤੁਸੀਂ ਮੈਨੇਜ ਨਹੀਂ ਕਰਦੇ, ਕੋਈ ਚੀਜ਼ ਦਾ ਫਰਕ ਨਹੀਂ ਪੈਣਾ। ਸਭ ਤੋਂ ਜਿਹੜੀ ਨਾ ਭੈੜੀ ਸਾਡੀ ਆਦਤ ਹੈ ਸਾਰਿਆਂ ਦੀ ਕਿ ਇੰਨਾ ਕੰਮ ਕਰਨਗੇ, ਟਾਈਮ ਸਪੈਂਡ ਕਰਨਗੇ, ਪਰ ਜਦੋਂ ਜਾ ਕੇ ਗਰੋਸਰੀ ਦੀ ਸ਼ੋਪਿੰਗ ਕਰਨੀ ਹੈ 15 ਮਿੰਟਾਂ ਵਿੱਚ ਬੰਦਾ ਬਾਹਰ ਬੈਠਾ ਹੁੰਦਾ ਪਾਰਕਿੰਗ ਲਾਟ ਦੇ ਵਿੱਚ ਕਾਰ ਦੇ, ਲੇਡੀ ਜਾ ਕੇ 15 ਮਿੰਟਾਂ ਸਮਾਨ ਖਰੀਦ ਕੇ ਵਾਪਸ ਆ ਜਾਂਦੇ। ਤੁਸੀਂ ਪੜ੍ਹਦੇ ਨਹੀਂ, ਉਹਨੂੰ ਸੋਚੋ ਵੀ ਕਿਹੜੀ ਮੈਂ ਡਾਇਟ ਲੱਗੀਆਂ ਖਰੀਦਣ, ਇਹ ਐਕਸਪਾਇਰੀ ਡੇਟ ਤਾਂ ਕੋਈ ਨਹੀਂ, ਕਿੱਥੋਂ ਚੱਲੀ ਸੀ, 6 ਮਹੀਨਿਆਂ ਦੀ ਕਿਹੜੀ ਕਿਹੜੇ ਸਟੋਰ 'ਤੇ ਬੈਠੀ, ਇਹਦੇ ਵਿੱਚ ਤੇਲ ਕਿਹੜਾ, ਕਿਸ ਤਰ੍ਹਾਂ ਦੀ ਕੰਸਨਟ੍ਰੇਸ਼ਨ ਹੈ, ਸੋਡੀਅਮ ਕਿੰਨਾ, ਇਹ 'ਚ ਪੋਟਾਸ਼ੀਅਮ ਕਿੰਨਾ, ਇਹਦੇ ਐਡੇਟਿਵਸ ਕੀ ਨੇ, ਉਹ ਗੱਲਾਂ ਸਾਰੀਆਂ ਨੋਟ ਕਰੋ, ਕਿਉਂਕਿ ਡਾਇਟ ਤੋਂ ਬਿਨਾਂ ਤੁਹਾਡੀ ਗੱਲ ਨਹੀਂ ਬਣੀ। ਹਾਰਟ ਨੂੰ ਤੁਸੀਂ ਨੁਕਸਾਨ ਕਰੋਗੇ ਆਪਣਾ। ਬਾਕੀ ਐਕਸਰਸਾਈਜ਼, ਉਹ ਤਾਂ ਹੁਣ ਸਾਨੂੰ ਸਾਰਿਆਂ ਨੂੰ ਪਤਾ, ਇੱਕ ਟਾਈਮ ਸੀ ਕਿ ਤੁਸੀਂ 50-60 ਸਾਲ ਪਹਿਲਾਂ ਕੋਈ ਮੂਵੀਜ਼ ਦੇਖ ਲਓ, ਕੋਈ ਕਦੀ ਕੋਈ ਦੇਖਿਆ ਸੀ ਬੰਦਾ ਕੋਈ ਮੋਟਾ, ਕੋਈ ਨਹੀਂ ਸੁਣਦਾ, ਬਿਲਕੁਲ ਫਿੱਟ ਹੁੰਦੇ ਸਾਰੇ, ਫਿਜ਼ੀਕਲੀ ਫਿੱਟ ਹੋਣਾ, ਐਕਟਿਵ ਸਨ, ਫੂਡ ਉਨਾ ਸੀ, ਸਮਾਲ ਪੋਰਸ਼ਨ 'ਚ ਮਿਲਦਾ ਸੀ, ਐਕਸਰਸਾਈਜ਼ ਜਿਹੜੀ ਕਰਦੇ ਸੀ ਸਾਰੇ, ਸਾਡਾ ਐਫਲੂਐਂਸ ਵੱਧ ਗਿਆ, ਫੂਡ ਦੀ ਪ੍ਰੋਡਕਸ਼ਨ ਵੱਧ ਗਈ, ਕੋਈ ਡੈਫੀਸ਼ੈਂਸੀ ਨਹੀਂ ਰਹੀ ਫੂਡ ਦੀ। ਫੂਡ ਖਾ ਕੇ ਨਾ ਐਕਸਰਸਾਈਜ਼ ਕਰਕੇ ਇਨਐਕਟਿਵਿਟੀ ਕਰਨ ਦੇ ਨਾਲ ਸਾਨੂੰ ਨੁਕਸਾਨ ਹੋ ਰਿਹਾ, ਸਾਡੀ ਬਾਡੀ ਦਾ ਭਾਰ ਵੀ ਵੱਧਦਾ, ਸਾਡਾ ਉਹਦੇ ਨਾਲ ਬਲੱਡ ਪ੍ਰੈਸ਼ਰ ਵੀ ਵੱਧਦਾ, ਸਾਡਾ ਉਹਦੇ ਨਾਲ ਸ਼ੂਗਰ ਵੀ ਵੱਧਦੀ ਹੈ, ਸਾਡੇ ਦਿਮਾਗ 'ਤੇ ਵੀ ਅਸਰ ਪਾਉਂਦੀ ਹੈ, ਸਟ੍ਰੈੱਸ ਵੀ ਉਹ ਕ੍ਰੀਏਟ ਕਰਦੀ ਸਾਰੀ। ਸੋ ਇਹਨਾਂ ਚੀਜ਼ਾਂ ਨੂੰ ਬਚਣ ਵਾਸਤੇ ਵਾਕ ਕਰਨਾ 30 ਤੋਂ 35 ਮਿੰਟ ਹਰ ਰੋਜ਼, ਜਾਂ ਐਟਲੀਸਟ ਹਫ਼ਤੇ ਦੇ ਵਿੱਚ 5 ਜਾਂ 6 ਵਾਰੀ ਵਾਕ ਕਰਨਾ। ਕਈ ਵਾਰੀ ਲੋਕ ਕਹਿਣਗੇ ਮੈਂ ਬੜੀ ਐਕਸਰਸਾਈਜ਼ ਕਰਨਾ, ਮੈਂ ਜਿਮ 'ਚ ਜਾਂਦਾ। ਜਿਮ 'ਚ ਤੁਸੀਂ ਜਾ ਕੇ 10 ਮਿੰਟਾਂ ਬਾਅਦ ਅਤੇ ਆ ਕੇ ਅਤੇ ਬਾਕੀ ਹੈਮਬਰਗਰ ਖਾ ਲਿਆ ਬਹੁਤ ਵੱਡਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਇੰਨੇ ਸਾਡੇ ਦਿਮਾਗ ਦੇ ਵਿੱਚ ਗਲਤ ਫਹਿਮੀਆਂ ਨੇ ਕਿ ਜਿਹੜੀ ਐਕਸਰਸਾਈਜ਼ ਹੈ ਨਾ, ਇੱਕ ਦਿਨ ਕਰ ਲਓ ਫਿਰ ਠੀਕ ਹੋ ਜਾਣਾ, ਦੂਜੇ ਦਿਨ ਚਲੋ ਜੀ ਵੀਕਐਂਡ ਆ ਗਿਆ, ਵੀਕਐਂਡ 'ਤੇ ਜ਼ਿਆਦਾ ਸ਼ਰਾਬ ਪੀ ਲਈ, ਜ਼ਿਆਦਾ ਫੂਡ ਖਾ ਲਿਆ, ਐਕਸਰਸਾਈਜ਼ ਨਹੀਂ ਕੀਤੀ। ਸੋ ਇਹ ਬੜੀਆਂ ਗੱਲਾਂ ਬਹੁਤ ਇੰਪੋਰਟੈਂਟ ਨੇ, ਛੋਟੀਆਂ ਗੱਲਾਂ ਨੇ ਪਰ ਇਹ ਕਰੂਸ਼ਲ ਨੇ ਤੁਹਾਡੀ ਹੈਲਥ ਵਾਸਤੇ। ਸੋ ਜੇ ਤੁਸੀਂ ਆਪਣੀ ਸਿਹਤ ਦਾ ਧਿਆਨ, ਆਪਣੀ ਹਾਰਟ ਹੈਲਥ ਦਾ ਧਿਆਨ ਰੱਖਣਾ, ਸਭ ਤੋਂ ਇੰਪੋਰਟੈਂਟ ਜਿਹੜਾ ਤੁਹਾਡੇ ਵਾਸਤੇ ਹੈਗਾ, ਤੁਸੀਂ ਆਪ ਅਤੇ ਤੁਹਾਡਾ ਫੈਮਿਲੀ ਡਾਕਟਰ। ਤੁਹਾਨੂੰ 3 ਡਾਕਟਰ ਵੇਖਣ ਦੀ ਜ਼ਰੂਰਤ ਕੋਈ ਨਹੀਂ, ਇੱਕ ਡਾਕਟਰ ਨੂੰ ਵੇਖੋ, ਇੱਕ ਡਾਇਟੀਸ਼ੀਅਨ ਨਾਲ ਗੱਲ ਕਰੋ, ਇੱਕ ਤੁਸੀਂ ਆਪਣਾ ਕੌਂਸਲਰ ਜਾਂ ਜੋ ਵੀ ਤੁਹਾਡੇ ਬਾਕੀ ਜਿਹਨਾਂ ਸਲਾਹ ਕਰ ਸਕ ਉਹ ਦੇਖੋ, ਅਤੇ ਉਹ ਜਿਹੜੀ ਮੈਡੀਸਨ
ਜਦੋਂ ਤੁਹਾਨੂੰ ਇਹਨਾਂ ਨੇ ਦੱਸਤਾ ਵੀ ਤੁਹਾਡੀ ਹਾਰਟ ਦਾ ਇੰਨਾ ਫੰਕਸ਼ਨ ਹੈਗਾ, ਆਹ ਤੁਹਾਡਾ ਬਲੱਡ ਪ੍ਰੈਸ਼ਰ ਹੈ, ਇੰਨੀ ਤੁਹਾਡੀ ਸ਼ੂਗਰ ਹੈ, ਉਹਨਾਂ ਚੀਜ਼ਾਂ ਨੂੰ ਮੇਨਟੇਨ ਕਰਨ ਵਾਸਤੇ ਆਪਣੇ ਘਰ ਦੇ ਵਿੱਚ ਆਪਣੀ ਇੱਕ ਛੋਟੀ ਜਿਹੀ ਫਾਈਲ ਤਿਆਰ ਕਰੋ। ਇੱਕ ਟਾਈਮ ਸੀ ਜ਼ਰੂਰਤ ਨਹੀਂ ਸੀ ਪੈਂਦੀ, ਪਰ ਹੁਣ ਬੜਾ ਸੌਖਾ ਕੰਮ ਹੈ ਕਿ ਤੁਹਾਡਾ ਫੈਮਿਲੀ ਡਾਕਟਰ ਤੁਹਾਨੂੰ ਰਿਪੋਰਟ ਵੀ ਦੇ ਸਕਦਾ। ਆਪਣੀ ਸ਼ੂਗਰ ਚੈੱਕ ਕਰਾਓ ਐਵਰੀ 3 ਮੰਥਸ, ਕੋਲੈਸਟਰੋਲ ਆਪਣਾ ਐਵਰੀ 6 ਮੰਥਸ ਕਰਾਓ, ਕਾਰਡੀਓਲੋਜਿਸਟ ਨੂੰ ਦੇਖੋ, ਆਪਣਾ ਆਈ ਡਾਕਟਰ ਨੂੰ ਦੇਖੋ। ਕਈ ਵਾਰੀ ਤੁਸੀਂ ਆਈ ਡਾਕਟਰ ਕੋਲ ਜਾਓਗੇ, ਉਹਨਾਂ ਨੇ ਕਹਿਣਾ ਵੀ ਤੁਹਾਡੀਆਂ ਅੱਖਾਂ ਦੇ ਮਗਰਲੇ ਬੰਨੇ ਕੋਲੈਸਟਰੋਲ ਆ ਰਿਹਾ, ਉਹਨੂੰ ਚੈੱਕ ਕਰਾਓ। ਸੋ ਇਹ ਸਾਰੀਆਂ ਗੱਲਾਂ ਨੇ, ਕਿਉਂਕਿ ਬਿਨਾਂ ਦਿਲ ਤੋਂ ਤੁਹਾਡਾ ਬਾਡੀ ਨਹੀਂ ਚੱਲਣੀ, ਅਤੇ ਦਿਲ ਨੂੰ ਚਲਾਉਣ ਵਾਸਤੇ, ਦਿਲ ਦੀ ਜਿਹੜੀ ਸਿਹਤ ਵਾਸਤੇ, ਆਹ ਸਾਰੀਆਂ ਗੱਲਾਂ ਜਿਹੜੇ ਰਿਸਕ ਫੈਕਟਰ ਨੇ, ਇਹ ਤੁਹਾਡੇ ਹੱਥ ਦੇ ਵਿੱਚ ਨੇ। ਕਿਸੇ ਨੂੰ ਬਾਹਰ ਨਹੀਂ ਆਉਣੇ, ਬਹੁਤ ਘੱਟ ਟਾਈਮ, ਬੜਾ ਘੱਟ ਹੁੰਦੇ ਆ ਚਾਂਸਿਸ ਕਿ ਫੈਮਿਲੀ ਵਿੱਚ ਕੋਈ ਹਿਸਟਰੀ ਹੋਏ ਕਿ ਤੁਹਾਡੇ ਹਾਰਟ ਦੀ ਬਚਪਨ ਤੋਂ ਠੀਕ ਨਹੀਂ ਹੈਗਾ, ਜਾਂ ਤੁਹਾਡੀ ਰਿਦਮ ਨਹੀਂ ਠੀਕ ਹੈਗੀ। ਉਹਦੇ ਵਾਸਤੇ ਸਪੈਸ਼ਲਾਈਜ਼ ਟੈਸਟ ਨੇ, ਸਪੈਸ਼ਲਾਈਜ਼ ਹੈਗੀਆਂ ਸਰਵਿਸਿਸ। ਪਰ ਫਰ ਏ ਨੋਰਮਲ ਪਰਸਨ, ਜਿਸ ਤਰ੍ਹਾਂ ਅਸੀਂ ਤੁਸੀਂ ਸਾਰੇ ਇੱਥੇ ਬੈਠੇ ਹੋ, ਤੁਹਾਡੇ ਵਾਸਤੇ ਸਿੰਪਲ ਗੱਲਾਂ, ਬਹੁਤ ਕਾਮਨ ਗੱਲਾਂ, ਬਹੁਤ ਇੰਪੋਰਟੈਂਟ, ਉਹਨੂੰ ਧਿਆਨ ਰੱਖੋ, ਉਹਨੂੰ ਮੇਨਟੇਨ ਰੱਖੋ, ਮੈਡੀਸਨ ਆਪਣੀ ਟਾਈਮ ਸਿਰ ਲਓ, ਟਾਈਮ ਸਿਰ ਐਕਸਰਸਾਈਜ਼ ਕਰੋ, ਫੂਡ ਆਪਣਾ ਵਾਚ ਕਰੋ, ਫੈਮਿਲੀ ਡਾਕਟਰ ਨਾਲ ਗੱਲ ਕਰੋ, ਅਤੇ ਜਿਹੜਾ ਫਾਲਤੂ ਨਾ ਖਾਓ, ਅਤੇ ਜਿਹੜਾ ਕੰਪਲੀਮੈਂਟਰੀ ਮੈਡੀਸਨ ਹੈ, ਜਿਹੜੀ ਆਯੁਰਵੈਦਿਕ ਜਾਂ ਹੋਮਿਓਪੈਥਿਕ ਮੈਡੀਸਨਸ ਨੇ, ਉਹਨਾਂ ਦਾ ਨੁਕਸਾਨ ਕੋਈ ਨਹੀਂ, ਐਜ਼ ਲੌਂਗ ਐਜ਼ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਡਿਸਕਸ ਕਰ ਲਓ। ਇਹ ਨਾ ਹੋਏ ਵੀ ਤੁਸੀਂ ਉਹਦੇ ਵਿੱਚ ਵੀ ਕੋਈ ਮੈਡੀਸਨ ਲੈ ਰਹੇ ਹੋ ਅਤੇ ਉਹ ਉਹਨਾਂ ਦੀ ਇੰਟਰੈਕਸ਼ਨ ਹੋ ਜਾਏ, ਉਹ ਤੁਹਾਡੀ ਪ੍ਰੋਬਲਮ ਖੜੀ ਹੋ ਸਕਦੀ ਹੈ। ਫਾਈਨਲੀ ਮੈਂ ਇੱਕ ਹੋਰ ਤੁਹਾਨੂੰ ਮੈਂ ਕਰਨੀ ਚਾਹੁੰਦਾ ਕਿ ਜਦੋਂ ਤੁਸੀਂ ਇੰਡੀਆ ਜਾਂ ਪਾਕਿਸਤਾਨ ਟਰੈਵਲ ਕਰਦੇ ਹੋ, ਇੱਥੋਂ ਜਿਹੜਾ ਵੀ ਤੁਹਾਡੇ ਡਾਕਟਰ ਨੇ ਕੰਮ ਕੀਤਾ ਉਹਨੂੰ ਵੇਸਟ ਨਾ ਕਰੋ, ਇਨਫੋਰਮੇਸ਼ਨ ਨਾਲ ਲੈ ਕੇ ਜਾਓ, ਪੂਰੀ ਮੈਡੀਸਨ ਲੈ ਕੇ ਜਾਓ। ਉੱਥੇ ਜਾ ਕੇ ਇਹ ਨਹੀਂ ਵੀ ਕਿਸੇ ਨੇ ਕਹਿਤਾ ਜੀ ਆਹ ਤਾਂ ਮੈਡੀਸਨ ਠੀਕ ਨਹੀਂ, ਕੈਨੇਡਾ ਦੀ ਮੈਡੀਸਨ ਇੱਥੇ ਕੰਮ ਨਹੀਂ ਕਰਦੀ। ਇਹ ਗੱਲਾਂ ਪ੍ਰੈਕਟੀਕਲ ਗੱਲਾਂ ਨੇ, ਪ੍ਰੋਬਲਮ ਆ ਰਹੀਆਂ ਤੁਹਾਨੂੰ ਸਾਰਿਆਂ ਨੂੰ, ਮੈਡੀਸਨ ਨਾ ਬਦਲੋ। ਜਦੋਂ ਉੱਥੋਂ ਵਾਪਸ ਆਉਣਾ ਰੈਕਡ ਨਾਲ ਲੈ ਕੇ ਆਓ, ਪ੍ਰੋਪਰ ਕਿਸੇ ਡਾਕਟਰ ਨੂੰ ਦੇਖੋ, ਫਾਰਮੇਸੀ ਵਾਲਾ ਕਿਸੇ ਚੰਗੇ ਨਾਲ ਗੱਲਬਾਤ ਕਰੋ। ਇਹ ਸਾਰੀ ਅਤੇ ਨਾਲ ਨਾਲ ਜੇ ਤੁਹਾਨੂੰ ਕਦੀ ਵੀ ਸ਼ੱਕ ਪੈਂਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਆਪਣੇ ਫੈਮਿਲੀ ਡਾਕਟਰ ਨਾਲ ਕੰਸਲਟ ਕਰੋ, ਅਤੇ ਕਿਸੇ ਸਿਆਣੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈਗੀ। ਸਿਆਣਿਆਂ ਦਾ ਰੋਲ ਸਪਿਰਿਚੁਅਲ ਰੋਲ ਹੈ, ਹਾਰਟ ਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ। ਕਿਸੇ ਨੇ ਅੰਦਰ ਜਾ ਕੇ ਤੁਹਾਡਾ ਹਾਰਟ ਠੀਕ ਨਹੀਂ ਕਰਨਾ, ਤੁਸੀਂ ਆਪਣੇ ਆਪ ਠੀਕ ਕਰਨਾ। ਸੋ ਇਹਦਾ ਧਿਆਨ ਰੱਖੋ, ਹਾਰਟ ਜਦੋਂ ਆਪਾਂ ਜਨਮ ਤੋਂ ਲੈ ਕੇ ਅਖੀਰ ਤੱਕ ਜਿੰਨੀ ਦੇਰ ਤੱਕ ਸਾਡਾ ਦਿਲ ਚੱਲਦਾ, ਉਨੀ ਦੇਰ ਤੱਕ ਲਾਈਫ ਚੱਲਣੀ ਹੈ। ਦਿਲ ਨੂੰ ਚਲਾਉਣ ਵਾਸਤੇ ਆਹ ਜਿਹੜੀਆਂ ਗੱਲਾਂ ਤੁਹਾਡੇ ਨਾਲ ਮੈਂ ਕੀਤੀਆਂ ਨੇ, ਇਹ ਕਾਮਨ ਗੱਲਾਂ ਨੇ, ਇਹਨਾਂ ਨੂੰ ਮੇਨਟੇਨ ਕਰੋ, ਆਪਣੇ ਆਪ ਨੂੰ ਬਚਾਓ, ਇੰਨੇ ਸਾਲ ਕੰਮ ਕਰਨ ਤੋਂ ਬਾਅਦ ਡਿਸੇਬਲ ਹੋਣ ਤੋਂ ਬਚੋ। ਅਤੇ ਆਈ ਹੋਪ ਕਿ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਬਾਅਦ 'ਚ ਵੀ ਦਿਆਂਗਾ, ਜੇ ਤੁਹਾਡੇ ਕੋਲ ਸਵਾਲ ਹੈਗੇ ਨੇ। ਪਰ ਆਪਣੇ ਆਪ ਨੂੰ ਕਦੀ ਵੀ ਨਾ ਸਮਝੋ ਵੀ ਮੈਂ ਇਹ ਠੀਕ ਨਹੀਂ ਹੋ ਸਕਦਾ, ਹਰ ਚੀਜ਼ ਦਾ ਇਲਾਜ ਹੈਗਾ, ਤੁਹਾਡੀ ਵਿਲ ਪਾਵਰ ਚਾਹੀਦੀ। ਥੈਂਕ ਯੂ।